ਤੇ ਉਧਰ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਤੇ ਵਿਵਾਦ ਭਖ ਗਿਆ ਹੈ ਜਿੱਥੇ ਆਪਣੇ ਨਵੇਂ ਗੀਤ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗੱਦਾਰ ਦੱਸਿਆ ਗਿਆ ਤੇ ਸਿਮਰਨਜੀਤ ਸਿੰਘ ਮਾਨ ਤੇ ਬੀਬੀ ਖਾਲੜਾ ਨੂੰ ਹਰਾਉਣ ਵਾਲਿਆਂ ਨੂੰ ਉਹਨਾਂ ਨੇ ਗੱਦਾਰ ਕਿਹਾ ਪੰਜਾਬ ਦੇ ਲੋਕਾਂ ਨੂੰ ਗੱਦਾਰ ਕਹਿਣ ਤੇ ਵਿਰੋਧੀ ਧਿਰਾਂ ਨੇ ਵੀ ਸਵਾਲ ਚੁੱਕੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਗੱਦਾਰ ਕਹਿਣਾ ਬੇਹੱਦ ਸ਼ਰਮਨਾਕ ਦੱਸਿਆ ਹਰਜੋਤ ਬੈਂਸ ਨੇ ਸੋ ਇਹ ਗੀਤ ਦੇ ਬੋਲਾਂ ਰਾਹੀਂ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਗੱਦਾਰ ਦੱਸਿਆ ਗਿਆ ਵੋਟਰਸ ਨੂੰ ਗੱਦਾਰ ਠਹਿਰਾਇਆ ਗਿਆ ਸਾਡੇ ਬਿਊਰੋ ਚੀਫ ਪੰਜਾਬ ਨਿਤਿਕਾ ਮੇਸ਼ਵਰੀ ਇਸ ਖਬਰ ਤੇ ਨੇ ਨਿਤਿਕਾ ਇੱਕ ਨਵਾਂ ਗੀਤ ਨਵਾਂ ਵਿਵਾਦ ਹਮੇਸ਼ਾ ਵਿਵਾਦਾਂ ਦੇ ਵਿੱਚ ਘਿਰੇ ਰਹਿਣ ਵਾਲੇ ਸਿੱਧੂ ਮੂਸੇਵਾਲਾ ਸ਼ਾਇਦ ਰਿਵਾਇਤ ਤੋੜਨਾ ਹੀ ਨਹੀਂ ਚਾਹੁੰਦੇ ਬਿਲਕੁਲ ਦੇਖੋ ਹਮੇਸ਼ਾ ਤੋਂ ਹੀ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਦੇ ਕਾਰਨ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਪਰ ਇਸ ਵਾਰ ਦਾ ਜਿਹੜਾ ਵਿਵਾਦ ਹੈ ਕਿਉਂਕਿ ਹੁਣ ਉਹ ਕਾਂਗਰਸ ਲੀਡਰ ਵੀ ਹੋ ਗਏ ਨੇ ਕਿਉਂਕਿ ਕਾਂਗਰਸ ਵੱਲੋਂ ਉਹ ਇਸ ਵਾਰ ਇਲੈਕਸ਼ਨ ਚ ਉਤਰੇ ਸੀਗੇ ਤੇ ਜਿਹੜਾ ਉਹਨਾਂ ਦਾ ਗਾਣਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਨੂੰ ਬੀਬੀ ਖਾਲੜਾ ਨੂੰ ਹਰਾਉਣ ਵਾਲੇ ਕੌਣ ਨੇ ਕੌਣ ਉਹਨਾਂ ਨੂੰ ਗੱਦਾਰ ਜਿਹੜਾ ਹੈ ਉਹ ਕਿਹਾ ਹੈ ਕਿ ਜਿਹਨਾਂ ਨੇ ਇਹਨਾਂ ਨੂੰ ਹਰਾਇਆ ਹੈ ਉਹ ਗੱਦਾਰ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਦੀਪ ਸਿੱਧੂ ਦੀ ਸ਼ਰਧਾਂਜਲੀ ਚ ਇੰਨੇ ਜਾਣੇ ਲੋਕ ਮੌਜੂਦ ਹੋਏ ਸੀਗੇ ਉਹਨਾਂ ਸ਼ਰਧਾਂਜਲੀ ਦਿਵਸ ਤੇ ਇੰਨੇ ਲੋਕ ਪਹੁੰਚੇ ਸੀਗੇ ਪਰ ਕੀ ਉਹਨਾਂ ਦੀ ਸ਼ਰਧਾਂਜਲੀ ਉਹਨਾਂ ਦੀ ਜਿਹੜੀ ਜਿਹੜੀ ਮੌਤ ਹੈ ਉਸਨੂੰ ਭੁੱਲ ਗਏ ਲੋਕ ਤਾਂ ਇਸ ਤਰ੍ਹਾਂ ਦਾ ਜਿਹੜਾ ਇਹ ਗਾਣਾ ਗਾਇਆ ਹੋਇਆ ਵਿਵਾਦਾਂ ਦੇ ਵਿੱਚ ਇਹ ਗਾਣਾ ਆ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਸਾਫ ਤੌਰ ਤੇ ਸਿੱਧੂ ਮੂਸੇਵਾਲਾ ਨੂੰ ਇਸ ਗਾਣੇ ਨੂੰ ਲੈ ਕੇ ਘੇਰ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਹਰਾਇਆ ਹੈ ਕਿਸੇ ਪਰਟੀਕੁਲਰ ਇੱਕ ਪਰਸਨ ਨੇ ਨਹੀਂ ਹਰਾਇਆ ਜੇ ਸਿਮਰਜੀਤ ਸਿੰਘ ਬੈਂਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਨੇ ਹਰਾਇਆ ਇਸ ਲਈ ਲੋਕਾਂ ਨੂੰ ਗੱਦਾਰ ਕਹਿ ਰਹੇ ਨੇ ਸਿੱਧੂ ਮੂਸੇਵਾਲਾ ਕਿਉਂਕਿ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਜਿਹੜੇ ਬੋਲ ਨੇ ਉਹ ਕਿਹਾ ਉਹਨਾਂ ਵੱਲੋਂ ਕਿ ਕੌਣ ਗੱਦਾਰ ਨੇ ਜਿਹਨਾਂ ਨੇ ਇਹਨਾਂ ਨੂੰ ਹਰਾਇਆ ਤੇ ਆਮ ਆਦਮੀ ਪਾਰਟੀ ਸਿੱਧੂ ਮੂਸੇਵਾਲਿਆਂ ਨੂੰ ਘੇਰ ਰਹੀ ਹੈ ਇੱਥੋਂ ਤੱਕ ਕਿ ਸਿੱਧੂ ਮੂਸੇਵਾਲਾ ਨੂੰ ਘੇਰਦੇ ਹੋਏ ਆਮ ਆਦਮੀ ਪਾਰਟੀ ਦੇ ਲੀਡਰ ਇਹ ਤੱਕ ਕਹਿ ਰਹੇ ਨੇ ਕਿ ਇਹ ਹਾਰ ਦਾ ਜਿਹੜੀ ਹਰ ਕਾਂਗਰਸ ਦੀ ਹੋਈ ਹੈ ਸਿੱਧੂ ਮੂਸੇਵਾਲਾ ਦੀ ਹੋਈ ਹੈ ਉਹਦੇ ਕਾਰਨ ਹੀ ਉਹ ਬੁਖਲਾਏ ਹੋਏ ਨੇ ਤੇ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਜਿਹੜੀ ਸ਼ਬਦਾਵਲੀ ਯੂਜ਼ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਗੱਦਾਰ ਜਿਹੜਾ ਹੈ ਉਹ ਨਹੀਂ ਕਹਿਣਾ ਚਾਹੀਦਾ ਚਾਹੇ ਉਹ ਜੀਵਨਜੋਤ ਕੌਰ ਨੇ MLA ਉਹਨਾਂ ਵੱਲੋਂ ਜਿਹੜਾ ਹੈ ਟਵੀਟ ਕੀਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਾਡੀ ਵਿੱਚ ਹਿਸਟਰੀ ਹੈ ਤੇ ਜਸਟਿਸ ਤੇ ਟਰੁੱਥ ਲਈ ਅਸੀਂ ਹਮੇਸ਼ਾ ਲਈ ਖੜੇ ਹਾਂ ਤੇ ਮਾਈਂਡ ਯੋਰ ਵਰਡਸ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਇਹਦੇ ਨਾਲ ਹੀ ਕੈਬਨਿਟ ਮਿਨਿਸਟਰ ਹਰਜੋਤ ਸਿੰਘ ਬੈਂਸ ਵੱਲੋਂ ਵੀ ਜਿਹੜਾ ਹੈ ਉਹ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਧੂ ਮੂਸੇਵਾਲਾ ਨੂੰ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਹਮੇਸ਼ਾ ਹੰਬਲ ਰਹਿਣਾ ਚਾਹੀਦਾ ਹੈ ਤੇ ਜੇ ਹਾਰ ਵੀ ਹੈ ਉਹਨੂੰ ਐਕਸੈਪਟ ਕਰਨਾ ਚਾਹੀਦਾ ਤੇ ਉੱਥੋਂ ਸਿੱਖਣ ਦੀ ਜ਼ਰੂਰਤ ਹੈ ਪਰ ਸਿੱਧੂ ਮੂਸੇਵਾਲੇ ਜਿਹੜੇ ਨੇ ਉਹ ਹੀ ਹੈਜ਼ ਹੀ ਸੀਮਸ ਟੂ ਹੈਵ ਲੌਸਟ ਹਿਸ ਮਾਈਂਡ ਇਨ ਐਰੋਗੈਂਸ ਇਹ ਉਹਨਾਂ ਵੱਲੋਂ ਕਿਹਾ ਗਿਆ ਹੈ ਪੰਜਾਬ ਦੇ ਲੋਕਾਂ ਨੇ ਉਹਨਾਂ ਨੇ ਕਿਹਾ ਕਿ ਵੋਟ ਕੀਤੀ ਹੈ ਤੇ ਗੱਦਾਰ ਕਹਿਣਾ ਉਹਨਾਂ ਨੂੰ ਇਟਸ ਸ਼ੇਮਫੁਲ ਜੋ ਫੈਸਲਾ ਹੋਇਆ ਉਹ ਸਿਰ ਮੱਥੇ ਪ੍ਰਵਾਨ ਹੈ ਦੂਜੇ ਪਾਸੇ ਆਪਣੇ ਗੀਤਾਂ ਦੇ ਬੋਲਾਂ ਰਾਹੀਂ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਕਹਿੰਦੇ ਨੇ ਗੱਦਾਰ ਪੰਜਾਬ ਦੀ ਜਨਤਾ ਗੀਤ ਤਾਂ ਤੁਸੀਂ ਸੁਣ ਲਿਆ ਹੋਣਾ ਸ਼ਾਇਦ ਦੇਖੋ ਬਿਲਕੁਲ ਉਹਨਾਂ ਨੇ ਪੰਜਾਬ ਦੀ ਜਨਤਾ ਨੂੰ ਗੱਦਾਰ ਨਹੀਂ ਕਿਹਾ ਤੁਸੀਂ ਆਪ ਵੀ ਵਾਰ ਵਾਰ ਉਹ ਗਾਣੇ ਨੂੰ ਸੁਣੋ ਉਹਨੇ ਉਹਦੇ ਵਿੱਚ ਬਹੁਤ ਹਾਰਡ ਸੱਚਾਈ ਮੈਨੂੰ ਇਹ ਨਹੀਂ ਪਤਾ ਕਿ ਮੂਸੇਵਾਲਾ ਸਾਹਿਬ ਨੇ ਗਾਣਾ ਆਪ ਲਿਖਿਆ ਜਾਂ ਕਿਸੇ ਹੋਰ ਨੇ ਲਿਖਿਆ ਜਿਹਨੇ ਵੀ ਇਹ ਗਾਣਾ ਲਿਖਿਆ ਉਹਨੇ ਜ਼ਿੰਦਗੀ ਦੀ ਸੱਚਾਈ ਜ਼ਰੂਰ ਲਿਖੀ ਹੈ ਮੈਂ ਬੇਨਤੀ ਕਰੂੰਗਾ ਅੰਮ੍ਰਿਤਾ ਤੁਸੀਂ ਵੀ ਉਸ ਗਾਣੇ ਨੂੰ ਵਾਰ ਵਾਰ ਸੁਣੋ ਸੱਚਾਈ ਤਾਂ ਇਹੀ ਹੈ ਪਰ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਵੀ ਜੀ ਉਹਨੇ ਮਾਫੀ ਮੰਗੇ ਜਾਂ ਉਹਨੇ ਪਬਲਿਕ ਨੂੰ ਗੱਦਾਰ ਨਹੀਂ ਕਿਹਾ ਇਹਨੂੰ ਵਾਰ ਵਾਰ ਸੁਣਿਆ ਜਾਵੇ ਪਰ ਇੱਕ ਚੀਜ਼ ਮੈਂ ਇੱਥੇ ਜ਼ਰੂਰ ਕਹਿਣੀ ਚਾਹੁੰਦਾ ਮੈਂ ਹਰ ਇੱਕ ਚੈਨਲ ਤੇ 10 ਮਾਰਚ ਤੋਂ ਬਾਅਦ ਕਹਿ ਰਿਹਾ ਕਿ ਜੋ ਲੋਕਾਂ ਨੇ ਫੈਸਲਾ ਕੀਤਾ ਉਹ ਬਹੁਤ ਵਧੀਆ ਫੈਸਲਾ ਕੀਤਾ ਮੈਂ ਸਲਿਊਟ ਕਰਦਾ ਲੋਕਾਂ ਦੇ ਫੈਸਲੇ ਨੂੰ ਸਾਡੇ ਲੀਡਰ ਸਾਹਿਬਾਨਾਂ ਨੂੰ ਇਸ ਫੈਸਲੇ ਨੂੰ ਸਵੀਕਾਰ ਕੇ ਸਲਿਊਟ ਕਰਕੇ ਇਹ ਸੋਚਣਾ ਚਾਹੀਦਾ ਕਿ ਲੋਕਾਂ ਨੇ ਇਹ ਵਰਡਿਕਟ ਕਿਉਂ ਦਿੱਤਾ ਕੋਈ ਕਾਰਨ ਸੀ ਕਿ ਇੰਨਾ ਵੱਡਾ ਮੈਂਡੇਟ ਆਮ ਆਦਮੀ ਪਾਰਟੀ ਨੂੰ ਮਿਲਿਆ ਮੈਂ ਵਾਰ ਵਾਰ ਹਰ ਚੈਨਲ ਤੋਂ ਕਿਹਾ ਆ ਕਿ ਲੋਕਾਂ ਨੇ ਜਿਹੜਾ ਇਹ ਫਤਵਾ ਦਿੱਤਾ ਬਹੁਤ ਅੱਛਾ ਦਿੱਤਾ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਹੈ ਤੇ ਅੱਗੇ ਤੋਂ ਸਬਕ ਲੈਣਾ ਚਾਹੀਦਾ ਦੂਜੇ ਪਾਸੇ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਜਿੱਤੀ ਹੈ ਬਹੁਤ ਸਾਰੀਆਂ ਐਕਸਪੈਕਟੇਸ਼ਨ ਨੇ ਲੋਕਾਂ ਦੀਆਂ ਆਮ ਆਦਮੀ ਪਾਰਟੀ ਤੋਂ ਜੋ ਜੋ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ 1x1 ਭਗਵੰਤ ਮਾਨ ਜੀ ਨੂੰ ਪੂਰਾ ਕਰਨਾ ਚਾਹੀਦਾ ਹਾਲੇ ਅਸੀਂ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਖੜੇ ਕਰਦੇ
6 ਮਹੀਨੇ ਬਾਅਦ ਅਸੈਸਮੈਂਟ ਕਰਾਂਗੇ ਕਿ ਇਹਨਾਂ ਨੇ ਜੋ ਜੋ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਦਿੱਤੀਆਂ ਸੀ ਕਿ ਇਹਨਾਂ ਨੇ ਪੂਰੀਆਂ ਕੀਤੀਆਂ ਜਾਂ ਨਹੀਂ ਕੀਤੀਆਂ। 3 ਮਹੀਨੇ ਬਾਅਦ ਵੀ ਰਿਵਿਊ ਕਰਾਂਗੇ, ਫਿਰ ਜ਼ਰੂਰ ਕਮੈਂਟ ਕਰਾਂਗੇ ਕਿ ਸਰਕਾਰ ਦੀ ਕਾਰਗੁਜ਼ਾਰੀ ਕੈਸੀ ਹੈ। ਜੋ ਲਾਅ ਐਂਡ ਆਰਡਰ ਦੀ ਪ੍ਰੋਬਲਮ ਪੰਜਾਬ 'ਚ ਬਣੀ ਹੋਈ ਹੈ, ਆਹ 30-35 ਦਿਨਾਂ ਦੇ ਵਿੱਚ 35 ਮਰਡਰ ਹੋ ਗਏ ਨੇ, ਤੇ ਇਹਦੇ ਬਾਰੇ ਵੀ ਭਗਵੰਤ ਮਾਨ ਜੀ ਨੂੰ ਬੜੀ ਸੁਹਿਰਦਤਾ ਦੇ ਨਾਲ ਧਿਆਨ ਦੇਣਾ ਚਾਹੀਦਾ ਕਿ ਇਹ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ। ਪਰ ਹਾਲੇ ਬੜਾ ਲੰਬਾ ਸਮਾਂ ਪਿਆ, ਹਾਲੇ ਬਹੁਤ, ਹਾਲੇ ਤਾਂ 1 ਮਹੀਨਾ ਹੀ ਹੋਇਆ ਇਸ ਸਰਕਾਰ ਬਣੀ ਨੂੰ। ਪੰਜਾਬ ਦੇ ਲੋਕਾਂ ਨੂੰ ਸੈਲਿਊਟ ਹੈ, ਜੋ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਅਸੀਂ ਉਹਨੂੰ ਖਿੜੇ ਮੱਥੇ ਫਿਰ ਮੱਥੇ ਅਸੀਂ ਉਸ ਚੀਜ਼ ਨੂੰ ਮੰਨੇ ਹਾਂ। ਲੇਕਿਨ ਇਹ ਜਿਹੜਾ ਗਾਣਾ ਆ, ਇਹ ਗਾਣੇ ਦੇ ਵਿੱਚ ਕੋਈ ਗਲਤੀ ਨਹੀਂ, ਬੜੀ ਹਾਰਡ ਸੱਚਾਈ ਲਿਖੀ ਹੈ। ਮੂਸੇਵਾਲਾ ਸਾਹਿਬ ਨੇ ਜਿਹੜਾ ਗਾਣਾ ਗਾਇਆ, ਮੈਂ ਪੂਰਾ ਸੁਣਿਆ ਗਾਣਾ ਹੈ, ਸੋ ਇਸ ਕਰਕੇ ਕੋਈ ਐਸਾ ਮਸਲਾ ਨਹੀਂ ਹੈ। ਠੀਕ ਹੈ, ਇਹ ਬਹੁਤ ਚੰਗੀ ਗੱਲ ਤੁਸੀਂ ਵੈਦ ਸਾਹਿਬ ਕਹੀ ਹੈ ਕਿ ਸਰਕਾਰ ਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ, ਉਸ ਤੋਂ ਬਾਅਦ ਹੀ ਕੋਈ ਟਿੱਪਣੀ ਕਰਨੀ ਚਾਹੀਦੀ ਹੈ। ਪਹਿਲਾਂ ਹੀ ਇਸ ਤਰ੍ਹਾਂ ਨਹੀਂ ਟਿੱਪਣੀਆਂ ਚੰਗੀਆਂ ਲੱਗਦੀਆਂ, ਇਹ ਚੰਗੀ ਗੱਲ ਹੈ। ਪਰ ਵਿਰੋਧੀ ਤੁਹਾਡੇ ਨੇ ਉਹ ਲਗਾਤਾਰ ਇਸ ਨੂੰ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਪਾ ਰਹੇ, ਉਹ ਆਪਣੀ ਹਾਰ ਤੋਂ ਬੁਖਲਾਏ ਹੋਏ ਨੇ, ਇਸ ਕਰਕੇ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਨੇ। ਸ਼ਾਇਦ ਉਹਨਾਂ ਨੂੰ ਇਹ ਫੈਸਲਾ ਖਿੜੇ ਮੱਥੇ ਸਿਰ ਮੱਥੇ ਜਨਤਾ ਦਾ ਪ੍ਰਵਾਨ ਨਹੀਂ ਹੈ। ਪਰ ਅੰਮ੍ਰਿਤਾ, ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ, ਮੈਂ ਬੜੀ ਗੌਰ ਦੇ ਨਾਲ ਇਹ ਗਾਣਾ ਸੁਣਿਆ। ਮੈਂ ਤੁਹਾਡੇ ਥਰੂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਗਾਣਾ ਜ਼ਰੂਰ ਸੁਣੋ, ਉਹਦੇ ਵਿੱਚ ਉਹਨਾਂ ਨੇ ਕੋਈ ਗਲਤ ਗੱਲ ਨਹੀਂ ਕਹੀ। ਜੋ ਲੋਕਾਂ ਨੇ ਕੁਛ ਨੇ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਦੀ ਹਾਰ ਦੇ ਉੱਤੇ, ਉਹਨਾਂ ਨੇ ਉਸ ਗੱਲ ਦਾ ਜਵਾਬ ਦਿੱਤਾ ਹੈ। ਉਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਹੈ ਗਾਣੇ ਦੇ ਵਿੱਚ, ਬੜੀ ਹਾਰਡ ਸੱਚਾਈ ਹੈ ਜਿਹੜੀ ਉਹ ਦੱਸੀ ਗਈ ਹੈ ਉਸ ਗਾਣੇ ਦੇ ਵਿੱਚ। ਪਰ ਕਿਤੇ ਨਾ ਕਿਤੇ ਸਵਾਲ ਤਾਂ ਹੈ ਨਾ ਫਿਰ ਪੰਜਾਬ ਨੂੰ, ਪੰਜਾਬ ਦੀ ਜਨਤਾ ਨੂੰ, ਜਿਨ੍ਹਾਂ ਨੇ ਵੋਟਾਂ ਉਹਨਾਂ ਨੂੰ ਪਾਈਆਂ ਨਹੀਂ। ਨਹੀਂ, ਪਰ ਇਹ ਤਾਂ ਨਹੀਂ ਹੈ ਕਿ ਕਿਸੇ ਨੇ ਉਹਨਾਂ ਨੂੰ ਵੋਟ ਨਹੀਂ ਪਾਈ, ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ, ਜਿੱਤ ਹਾਰ ਬਣੀ ਹੋਈ ਹੈ। ਮੈਂ ਬਾਰ ਬਾਰ ਦੁਹਰਾਇਆ ਅੰਮ੍ਰਿਤਾ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਫੈਸਲਾ ਆ ਬਹੁਤ ਅੱਛਾ ਫੈਸਲਾ ਆਇਆ, ਸਾਨੂੰ ਖਿੜੇ ਮੱਥੇ ਇਸ ਫੈਸਲੇ ਨੂੰ ਮੰਨਣਾ ਚਾਹੀਦਾ। ਮੂਸੇਵਾਲਾ ਸਾਹਿਬ ਨੇ ਇਸ ਗਾਣੇ ਨੂੰ, ਮੈਂ ਤਾਂ ਇਹ ਜ਼ਿਕਰ ਕਰ ਰਿਹਾ ਬਾਰ ਬਾਰ, ਇਸ ਗਾਣੇ ਨੂੰ ਪ੍ਰੋਪਰਲੀ ਸੁਣੋ, ਉਹਦੀ ਵਰਡਿੰਗ ਸੁਣੋ, ਤੁਹਾਨੂੰ ਉਹਦੇ 'ਚ ਬੜੀ ਹਾਰਡ ਸੱਚਾਈ ਲੱਭੂਗੀ, ਉਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਠੀਕ ਹੈ ਵੈਦ ਸਾਹਿਬ, ਤੁਸੀਂ ਬਣੇ ਹੋਏ ਹੋ ਸਾਡੇ ਨਾਲ, ਤੇ ਸਵਾਲ ਆਮ ਆਦਮੀ ਪਾਰਟੀ ਵੱਲੋਂ ਬਹੁਤ ਚੁੱਕੇ ਜਾ ਰਹੇ ਨੇ। ਨੀਲ ਗਰਗ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਨੀਲ ਸਾਹਿਬ ਸਾਡੇ ਨਾਲ, ਵੈਦ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਜੋ ਕਿਹਾ ਗਿਆ ਇਸ ਗੀਤ ਦੇ ਬੋਲਾਂ ਰਾਹੀਂ ਉਹ ਬੜੀ ਹਾਰਡ ਸੱਚਾਈ ਹੈ ਪੰਜਾਬ ਦੀ, ਪੰਜਾਬ ਦੇ ਲੋਕਾਂ ਨੇ ਉਹ ਕੀਤਾ ਹੈ ਤੇ ਉਸਨੂੰ ਗੀਤ ਰਾਹੀਂ ਬਿਆਨ ਕੀਤਾ ਗਿਆ। ਇਹਦਾ ਮਤਲਬ ਇਹ ਹੈ ਕਿ ਕਾਂਗਰਸ ਅਤੇ ਕੁਲਦੀਪ ਵੈਦ ਜੀ, ਇਹਦਾ ਮਤਲਬ ਪੰਜਾਬ ਦੇ ਲੋਕਾਂ ਦੇ ਮੈਂਡੇਟ ਨੂੰ ਨਹੀਂ ਮੰਨਦੇ। ਪੰਜਾਬ ਦੇ ਲੋਕ ਸੁਚੇਤ ਨੇ, ਉਹਨਾਂ ਨੇ ਸੋਚ ਸਮਝ ਕੇ ਹੀ ਆਪਣਾ ਮੈਂਡੇਟ ਦਿੱਤਾ ਹੈਗਾ, ਕਿਸ ਨੂੰ ਜਿਤਾਉਣਾ, ਕਿਸ ਦੇ ਹੱਥਾਂ ਦੇ ਵਿੱਚ ਪੰਜਾਬ ਸੁਰੱਖਿਅਤ ਹੈ, ਇਹ ਸੋਚ ਕੇ ਉਹਨਾਂ ਨੇ ਵੋਟ ਪਾਈ ਹੈਗੀ ਹੈ। ਔਰ ਜਿਹੜੀ ਕਾਂਗਰਸ ਪਾਰਟੀ ਹੈ ਪੂਰੀ ਤਰ੍ਹਾਂ ਭੁਲਾਈ ਹੋਈ ਹੈ। ਚਾਹੀਦਾ ਤਾਂ ਇਹਨਾਂ ਨੂੰ ਇਹ ਸੀ ਕਿ ਇਸ ਹਾਰ ਦੇ ਉੱਤੇ ਮੰਥਨ ਕਰਦੇ, ਇਸ ਫਤਵੇ ਦੇ ਉੱਤੇ ਮੰਥਨ ਕਰਦੇ ਔਰ ਪਤਾ ਲਾਉਂਦੇ ਕਿ ਲੋਕਾਂ ਨੇ ਕਿਉਂ ਨਕਾਰਿਆ, ਬਜਾਏ ਇਸ ਦੇ ਇਹ ਲੋਕਾਂ ਦੇ ਫਤਵੇ ਦੇ ਉੱਤੇ ਸਵਾਲ ਉਠਾਉਣਾ, ਉਹਨਾਂ ਨੂੰ ਗਾਰ ਕਹਿਣਾ, ਇਹਨਾਂ ਦੀ ਮਾਨਸਿਕਤਾ ਦੱਸਦੀ ਹੈ। ਗਰਗ ਸਾਹਿਬ ਸਾਡੇ ਬੜੇ ਸਿਆਣੇ ਲੀਡਰ ਨੇ। ਗਰਗ ਸਾਹਿਬ, ਤੁਸੀਂ ਜੇ ਮੇਰੀਆਂ ਸਟੇਟਮੈਂਟਾਂ ਸਾਰੀਆਂ ਸੁਣੀਆਂ ਹੋਣ, ਅਸੀਂ ਇਸ ਫੈਸਲੇ ਨੂੰ ਬਹੁਤ ਖਿੜੇ ਮੱਥੇ ਲਿਆ। ਜੋ ਲੋਕਾਂ ਨੇ ਵਰਡਿਕਟ ਦਿੱਤਾ, ਮੈਂ ਤਾਂ ਇੱਥੋਂ ਤੱਕ ਵੀ ਲਫ਼ਜ਼ ਯੂਜ਼ ਕੀਤੇ ਹੈ ਕਿ ਸਾਡੇ ਜਿਹੜੇ ਲੀਡਰ ਨੇ ਪੰਜਾਬ ਦੇ, ਉਹਨਾਂ ਨੂੰ ਸਬਕ ਸਿੱਖਣਾ ਚਾਹੀਦਾ। ਇਹ ਜਿਹੜਾ ਵਰਡਿਕਟ ਆਇਆ, ਲੋਕਾਂ ਨੇ ਬਹੁਤ ਅੱਛਾ ਵਰਡਿਕਟ ਦਿੱਤਾ, ਤੁਸੀਂ ਮੇਰੀ ਗੱਲ ਧਿਆਨ ਨਾਲ ਸ਼ਾਇਦ ਸੁਣੀ ਨਹੀਂ। ਮੈਂ ਹਮੇਸ਼ਾ ਇਸ ਫੈਸਲੇ ਨੂੰ ਸਲਿਊਟ ਕਰਦਾ। ਯਾਨੀ ਕਿ ਜੋ ਗੀਤ ਰਾਹੀਂ ਬਿਆਨ ਕੀਤਾ ਗਿਆ, ਫਿਰ ਉਹ ਵਿਚਾਰਧਾਰਾ ਸਿੱਧੂ ਮੂਸੇਵਾਲੇ ਦੀ ਹੈ, ਪਾਰਟੀ ਦੀ ਨਹੀਂ ਹੈਗੀ, ਇਹ ਮੰਨੀਏ? ਬਿਲਕੁਲ ਇਹ ਗੱਲ ਠੀਕ ਹੈ, ਪਰ ਤੁਸੀਂ ਉਸ ਗਾਣੇ ਨੂੰ, ਮੈਂ ਅਨਿਲ ਗਰਗ ਸਾਹਿਬ ਨੂੰ ਵੀ ਬੇਨਤੀ ਕਰੂੰਗਾ, ਬੜੇ ਸਾਡੇ ਸਿਆਣੇ ਸਿਆਣੇ ਇਹ ਸਾਡੇ, ਮੈਂ ਤਾਂ ਇਹਨਾਂ ਨੂੰ ਕਹੂੰਗਾ ਕਿ ਵਿਗਿਆਨੀ ਨੇ, ਇਹ ਬੜੀ ਸੂਝ ਰੱਖਦੇ ਨੇ। ਇਸ ਗਾਣੇ ਨੂੰ ਜੇ ਤੁਸੀਂ ਬਾਰ ਬਾਰ 2-4 ਵਾਰੀ ਸੁਣੋ, ਤਾਂ ਉਹਦੇ ਜਿਹੜੇ ਹਾਰਡ ਸੱਚਾਈਆਂ ਨੇ ਉਹ ਤੁਹਾਡੇ ਸਾਹਮਣੇ ਆ ਜਾਣਗੀਆਂ। ਗਰਗ ਸਾਹਿਬ, ਤੁਸੀਂ ਸੁਣਿਆ ਗੀਤ? ਬਿਲਕੁਲ ਸੁਣਿਆ। ਦੇਖੋ, ਕੁਲਦੀਪ ਵੈਦ ਜੀ ਮੇਰੇ ਵੱਡੇ ਭਰਾ ਨੇ, ਇਹਨਾਂ ਦੀ ਆਪਦੀ ਗੱਲ ਦੇ ਵਿੱਚ ਵੀ ਬੜੀ ਬਿਲਕੁਲ ਹੀ ਜਿਹਨੇ ਕਿ ਵਿਰੋਧਾਭਾਸ ਹੈਗਾ। ਇੱਕ ਬੰਨੇ ਤੇ ਉਹ ਕਹਿੰਦੇ ਨੇ ਕਿ ਮੂਸੇਵਾਲੇ ਦੀ ਇਹ ਆਪਣੀ ਸੋਚ ਹੋ ਸਕਦੀ ਹੈ ਔਰ ਕਾਂਗਰਸ ਦੀ ਸੋਚ ਨਹੀਂ ਹੈ, ਦੂਸਰੇ ਬੰਨੇ ਉਸ ਗਾਣੇ ਨੂੰ ਰਿਕਮੈਂਡ ਵੀ ਕਰ ਰਹੇ ਨੇ ਵਿੱਚ ਹਾਰਡ ਸੱਚਾਈ ਹੈ, ਇਹ ਦੱਸ ਰਹੇ ਨੇ। ਪਹਿਲਾਂ ਗਾਣੇ ਦੇ ਵਿਰੋਧ ਦੇ ਵਿੱਚ ਹੈਗੇ। ਦੂਸਰੀ ਗੱਲ, ਗਾਣੇ ਦੁਆਰਾ ਪੰਜਾਬ ਦੇ ਲੋਕਾਂ ਨੂੰ ਗਦਾਰ ਕਹਿਣਾ, ਮਤਲਬ ਕਿੰਨਾ ਕੁ ਅੱਛਾ ਹੋ ਜਿਹਨ ਕਿ ਉਹ ਹੈਗਾ ਕਦਮ ਹੈਗਾ। ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ, ਬਿਨਾਂ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਤੁਸੀਂ ਗਦਾਰ ਕਹਿ ਰਹੇ ਹੋ, ਉਹ ਲੋਕ ਜਿਨ੍ਹਾਂ ਲੋਕਾਂ ਨੇ ਇੰਨੇ ਸਾਲ ਪੰਜਾਬ ਦੇ ਵਿੱਚ ਸੱਤਾ ਸੌਂਪੀ। ਵੈਦ ਸਾਹਿਬ, ਉਹ ਕਿਹੜੀ ਸੱਚਾਈ ਹੈ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਤੇ ਨੀਲ ਗਰਗ ਸਾਹਿਬ ਨਹੀਂ ਦੇਖ ਪਾ ਰਹੇ?
गाने के शुरू में जे तुसी सुनो तो उन्होंने सवाल किए गए उन्होंने हार के उत्ते उन्होंने उहदे विच बयान किया कि यह पहला भी जिहड़ियां तुसी वोटां कांग्रेस नूं पाईआं सी जां कोई होर जिहड़ी पहली सरकार सी उदों भी तुसी चुणिया सी कोई उहदे विच गलत नहीं सी तुसी चुणिया सरकारां बदलदियां रहिंदियां ने। मैं तदे कहना आ कि उहदे विच जिहड़ी उहदी भावना आ उहनूं जरूर समझना चाहिए। पंजाब दे लोकां नूं गदार नहीं कहा कुछ इहोजे लोकां दे कोई लोकां बारे उन्होंने कहा जिन्हां ने उहनां नूं सवाल किए सीगे उहनां दी हार दे उत्ते। ठीक है चलो फिलहाल तो यह गीत विवादों के उम्मीद करते हैं कि जिहड़ी सच्चाई तुसी देख पा रहे हो और बाकी लोग देख सकणगे या नहीं देख सकणगे तो हुण आने वाला समा दसेगा। बहुत शुक्रिया वैसे साहब तुहाडा भी ते नील गर्ग साहब तुहाडा भी धन्यवाद।